ਜਦ ਇਸ ਨੂੰ ਇਸ ਇਲਾਕੇ ਨੂੰ ਹਾਈਲਾਈਟ ਤੇ ਰੱਖੇ ਰੱਖਿਆ ਹੋਇਆ ਸੀਗਾ, ਮੇਰਾ ਸੈਂਟਰ ਸੀ ਪੁਆਇੰਟ ਹਾਈਵੇ ਪੈ ਜਾਂਦਾ ਸੀਗਾ, ਹਾਈਵੇ ਸੀਗਾ ਇੱਧਰੋਂ ਸਾਡਾ ਇਹਨਾਂ ਦਾ ਪੈ ਗਿਆ ਸਤਸੰਗ ਘਰ ਪੈ ਦੇਖੋ ਇਹ ਬੜਾ ਵੱਡਾ ਇਸ਼ੂ ਸੀਗਾ ਲਾਂਡ ਆਰਡਰ ਦਾ, ਔਰ ਇਹ ਮੈਂ ਤਾਂ ਇਹੀ ਕਹਾਂਗਾ ਵੀ ਸਾਡੇ ਡੀ ਜੀ ਪੀ ਸਾਹਿਬ ਔਰ ਆਈ ਜੀ ਸਾਹਿਬ ਔਰ ਐਸ ਐਸ ਪੀ ਸਾਹਿਬ ਦੀਆਂ ਸਾਨੂੰ ਜੋ ਹਦਾਇਤਾਂ ਸੀਗੀਆਂ ਔਰ ਐਸ ਐਸ ਪੀ ਸਾਹਿਬ ਦੀ ਨਿਗਰਾਨੀ ਵਿੱਚ ਉਹਨਾਂ ਦੀ ਸੁਪਰਵਿਜ਼ਨ ਵਿੱਚ ਸਾਡੇ ਜਿੰਨੇ ਵੀ ਜੀ ਓ ਸੀਗੇ ਖੰਨਾ ਡਿਸਟ੍ਰਿਕਟ ਦੇ ਔਰ ਸਾਰੇ ਐਸ ਐਚ ਓ ਈਵਨ ਕੌਂਸਟੇਬਲ ਤੱਕ ਸਾਰਿਆਂ ਨੇ ਬਹੁਤ ਮਿਹਨਤ ਨਾਲ ਡਿਊਟੀ ਕੀਤੀ ਹੈ ਔਰ ਬਿਲਕੁਲ ਅਮਨ ਮਾਨ ਰਿਹਾ ਹੈਗਾ, ਲੋਕਾਂ ਦਾ ਵੀ ਇਹ 'ਚ ਬਹੁਤ ਸਹਿਯੋਗ ਰਿਹਾ ਔਰ ਲੋਕਾਂ ਨੇ ਵੀ ਸਾਨੂੰ ਕਾਫੀ ਸਪੋਰਟ ਕੀਤੀ ਆ ਔਰ ਪੈਰਾਮਿਲਟਰੀ ਫੋਰਸ ਜਿਹੜੀ ਬਾਹਰੋਂ ਆਈ ਸੀਗੀ ਸੀ ਆਰ ਪੀ ਔਰ ਬੀ ਐਸ ਐਫ ਜਿਹੜੀ ਸਟਿੱਲ ਸਾਡੇ ਕੋਲ ਇੱਥੇ ਹੈਗੀ ਆ ਉਹਨਾਂ ਨੇ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ ਔਰ ਸਾਰੀ ਡਿਊਟੀ ਬੜੀ ਵਧੀਆ ਤਰੀਕੇ ਨਾਲ ਨਿਪਟੀ ਚੜ੍ਹੀ, ਅੱਗੇ ਵੀ ਚੱਲ ਰਹੀ ਹੈ ਔਰ ਸਾਨੂੰ ਉਮੀਦ ਆ ਅੱਗੇ ਵੀ ਇਸ ਤਰ੍ਹਾਂ ਹੀ ਠੀਕ ਰਹੇਗਾ ਔਰ ਖਾਸ ਤੌਰ 'ਤੇ ਪੰਜਾਬ ਸਰਕਾਰ ਵੱਲੋਂ ਕੈਪਟਨ ਸਾਹਿਬ ਦਾ ਉਹਨਾਂ ਦਾ ਵੀ ਸਾਨੂੰ ਬਹੁਤ ਵਧੀਆ ਨਿਰਦੇਸ਼ ਸੀਗੇ ਸੋ ਉਹਦੇ ਕਰਕੇ ਵੀ ਸਾਨੂੰ ਬਹੁਤ ਜ਼ਿਆਦਾ ਫਾਇਦਾ ਮਿਲਿਆ ਜਿਹੜਾ ਕਿ ਕੁੱਲ ਮਿਲਾ ਕੇ ਜਿਹੜਾ ਬਹੁਤ ਹੀ ਖੰਨਾ ਡਿਸਟ੍ਰਿਕਟ ਵਿੱਚ ਡਿਊਟੀ ਠੀਕ ਠਾਕ ਰਹੀ ਹੈ ਸਾਰੇ ਖੰਨਾ ਨਿਵਾਸੀਆਂ ਦਾ, ਖਾਸ ਕਰਕੇ ਖੰਨਾ ਡਿਸਟ੍ਰਿਕਟ ਜਿਹੜਾ ਪੁਲਿਸ ਸਟੇਸ਼ਨ ਸਾਡਾ ਖੰਨਾ ਪੈਂਦਾ ਹੈਗਾ ਇਹਦੇ ਲੋਕਾਂ ਦਾ ਸਾਰਿਆਂ ਦਾ ਹੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਆਪਣੇ ਵੱਲੋਂ ਉਹ ਸਾਡੇ ਐਸ ਐਸ ਪੀ ਸਾਹਿਬ ਵੱਲੋਂ ਉਹਨਾਂ ਵੱਲੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਔਰ ਅਸੀਂ ਉਮੀਦ ਕਰਦੇ ਹਾਂ ਅੱਗੇ ਵੀ ਸਾਨੂੰ ਇੱਦਾਂ ਸਹਿਯੋਗ ਮਿਲਦੇ ਰਹੇਗਾ ਬਾਕੀ ਸਟਿੱਲ ਅਸੀਂ ਸਾਰੀ ਫੋਰਸ ਵਗੈਰਾ ਸਾਡੀ ਪ੍ਰੋਪਰ ਇਸੇ ਕੰਮ 'ਚ ਲੱਗੀ ਹੋਈ ਹੈ ਵੀ ਕਿਸੇ ਨੂੰ ਵੀ ਅਸੀਂ ਸ਼ਰਾਰਤੀ ਅਨਸਰ ਨੂੰ ਕੋਈ ਵੀ ਗੜਬੜ ਨਹੀਂ ਕਰਦਾ। ਇਹਦੇ ਨਾਲ ਮੈਂ ਸਾਡੇ ਖੰਨਾ ਪੁਲਿਸ ਡਿਸਟ੍ਰਿਕਟ ਦੀ ਜੋ ਮੀਡੀਆ ਹੈਗਾ ਜਿੰਨਾ ਵੀ ਹੈਗਾ ਸਾਰਿਆਂ ਦਾ ਸਾਨੂੰ ਬੜੀ ਸਪੋਰਟ ਮਿਲੀ ਹੈ, ਸਾਰਿਆਂ ਨੇ ਸਾਡੀ ਐਕਟੀਵਿਟੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਜੋ ਅਸੀਂ ਕਰ ਰਹੇ ਸੀਗੇ ਲੋਕਾਂ ਤੱਕ ਪਹੁੰਚਾਇਆ ਹੈਗਾ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਔਰ ਉਹ ਵੀ ਬਹੁਤ ਮੁਬਾਰਕਬਾਦ ਦੇ ਪਾਤਰ ਨੇ, ਉਮੀਦ ਹੈ ਸਾਨੂੰ ਅੱਗੇ ਤੋਂ ਵੀ ਉਹਨਾਂ ਦਾ ਇੱਥੇ ਸਹਿਯੋਗ ਮਿਲਦਾ ਰਹੇਗਾ। ਦੇਖੋ ਅੰਤ 'ਚ ਤਾਂ ਸ਼੍ਰੇ ਜਿਹੜਾ ਹੈ ਉਹ ਖੰਨਾ ਦਾ ਨਿਵਾਸੀ ਨੂੰ ਹੀ ਜਾਂਦਾ। ਖੰਨਾ ਦੇ ਨਿਵਾਸੀਆਂ ਨੇ ਸਮਝਿਆ ਕਿ ਲਾਅ ਐਂਡ ਆਰਡਰ ਮੇਨਟੇਨ ਕਰਨਾ ਅਤੇ ਸ਼ਾਂਤੀ ਬਣਾਏ ਰੱਖਣਾ ਸਭ ਤੋਂ ਵਧੀਆ ਚੀਜ਼ ਹੈ ਅਤੇ ਉਹਨਾਂ ਨੂੰ ਗੱਲ ਦੀ ਸਮਝ ਸੀ ਅਤੇ ਉਹ ਕਿਸੇ ਵੀ ਸ਼ਰਾਰਤੀ ਅਨਸਰ ਦੇ ਕਹੇ ਕਾਰ 'ਚ ਨਹੀਂ ਆਏ ਅਤੇ ਉਹਨਾਂ ਨੇ ਸ਼ਾਂਤੀ ਬਣਾ ਕੇ ਰੱਖੀ ਜਿਹੜਾ ਕਿ ਬਹੁਤ ਵਧੀਆ ਕੰਮ ਹੈ। ਦੇਖੋ ਪ੍ਰਸ਼ਾਸਨ ਨੇ ਪੂਰੇ ਅਰੇਂਜਮੈਂਟ ਕੀਤੇ ਸੀ, ਪੁਲਿਸ ਅਥਾਰਟੀਜ਼ ਵੱਲੋਂ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਸੀ, ਡਿਊਟੀ ਮੈਜਿਸਟਰੇਟ ਤੈਨਾਤ ਸੀ, ਸਮੇਂ ਸਮੇਂ 'ਤੇ ਫਲੈਗ ਮਾਰਚਿਸ ਰਾਊਂਡਸ ਅਤੇ ਬੀਟਸ ਮੇਨਟੇਨ ਕੀਤੀ ਗਈਆਂ ਜਿਹਦੇ 'ਚ ਲੋਕਾਂ 'ਚ ਕੌਨਫੀਡੈਂਸ ਬਿਲਡ ਕੀਤਾ ਗਿਆ ਅਤੇ ਇਹ ਦਰਸਾਇਆ ਗਿਆ ਕਿ ਕਿਸੇ ਤਰੀਕੇ ਦੀ ਵੀ ਸ਼ਰਾਰਤੀ ਅਨਸਰ ਨੂੰ ਕੋਈ ਵੀ ਗੈਰ ਕਾਨੂੰਨੀ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਅਤੇ ਨਾ ਹੀ ਬਖਸ਼ਿਆ ਜਾਏਗਾ। ਖੰਨਾ ਨਿਵਾਸੀਆਂ ਨੇ ਇਹ ਗੱਲ ਸਮਝੀ ਵੀ ਅਤੇ ਖੰਨਾ ਨਿਵਾਸੀਆਂ ਦੇ ਸਪੋਰਟ ਦੇ ਨਾਲ ਇੱਕ ਪੀਸਫੁਲ ਮਾਹੌਲ ਮੇਨਟੇਨ ਕੀਤਾ ਗਿਆ। ਬਿਲਕੁਲ ਜੀ ਬਿਲਕੁਲ।
ਦੇਖੋ ਕੋਈ ਵੀ ਗੱਲ ਪ੍ਰਸ਼ਾਸਨ ਜਨਤਾ ਨਾਲ ਗਰਮ ਕਰਨ ਲਈ ਮੀਡੀਆ ਸਹਿਯੋਗ ਜ਼ਰੂਰੀ ਹੁੰਦਾ। ਮੀਡੀਆ ਨੇ ਬੜਾ ਪੋਜ਼ਿਟਿਵ ਰੋਲ ਪਲੇ ਕੀਤਾ, ਮੀਡੀਆ ਨੇ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਉਂਦਿਆਂ ਹੋਇਆ ਜਿਹੜਾ ਵੀ ਪ੍ਰਸ਼ਾਸਨ ਦਾ ਸੰਦੇਸ਼ ਸੀ, ਸਰਕਾਰ ਦਾ ਸੰਦੇਸ਼ ਸੀ, ਇਹ ਪਾਸ ਔਨ ਕੀਤਾ ਤਾਂ ਕਿ ਕਿਸੇ ਤਰੀਕੇ ਦੀ ਰੂਮਰ ਨਾ ਸਪਰੈਡ ਹੋ ਸਕੇ ਅਤੇ ਲੋਕਾਂ ਨੂੰ ਅਸਲ ਗੱਲ ਦਾ ਪਤਾ ਰਹੇ।